ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ, ਕਿਉਂਕਿ ਅੱਜ ਮੈਂ ਤੁਹਾਡੇ ਵਾਸਤੇ ਜਿਹੜੀ ਰਿਕਰੂਟਮੈਂਟ ਲੈ ਕੇ ਆਈ ਹਾਂ ਉਹ ਪੰਜਾਬ ਦੇ ਵਿੱਚ ਸਿੱਧੀ ਭਰਤੀ ਹੈ, ਜਿਹਦੇ ਵਿੱਚ ਤੁਹਾਡਾ ਕੋਈ ਇਗਜ਼ਾਮ ਨਹੀਂ ਹੋਣਾ। ਸਿੱਧੀ ਇਹ ਰਿਕਰੂਟਮੈਂਟ ਆਈ ਹੋਈ ਹੈ, ਕਿਹੜੇ ਡਿਪਾਰਟਮੈਂਟ 'ਚ ਹੈ ਤੁਸੀਂ ਥੰਬਨੇਲ ਦੇਖ ਕੇ ਸਮਝ ਗਏ ਹੋ। ਵਾਟਰ ਸਪਲਾਈ ਵਿਭਾਗ ਪੰਜਾਬ ਦੇ ਵਿੱਚ ਭਰਤੀ ਆਊਟ ਕਰੇਗੀ ਹੈ, ਜਿਹਦੇ ਵਾਸਤੇ ਤੁਹਾਡੀ ਸਿੱਧੀ ਇਹ ਇੰਟਰਵਿਊ ਹੈ। ਸਿੱਧੀ ਭਰਤੀ ਕਿੱਦਾਂ ਅਪਲਾਈ ਕਰਨਾ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੀ। ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਇਸੇ ਤਰ੍ਹਾਂ ਚਾਹੁੰਦੇ ਹੋ ਪੰਜਾਬ ਸਟੇਟ ਦੀ ਹਰ ਭਰਤੀ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ, ਉਹ ਵੀ ਆਫੀਸ਼ੀਅਲ ਨੋਟੀਫਿਕੇਸ਼ਨ PDF ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ। ਇਹਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਵੀ 2 ਤੋਂ 3 ਨੋਟੀਫਿਕੇਸ਼ਨ ਆਊਟ ਕੀਤੇ ਗਏ ਹੈ, ਜਿਹਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੀ ਤੁਹਾਨੂੰ ਪਤਾ ਹੈ ਟੀਚਿੰਗ ਦੀ ਰਿਕਰੂਟਮੈਂਟ ਸੀਗੀ ਉਹਦੀ ਲਾਸਟ ਡੇਟ ਨੂੰ ਐਕਸਟੈਂਡ ਕਰ ਦਿੱਤਾ ਗਿਆ। ਉਸ ਤੋਂ ਇਲਾਵਾ ADD ਟੀਚਰ ਦੀ ਵੈਕੈਂਸੀਜ਼ ਦੇ ਨਾਲ ਨਾਲ ਜਿਹੜੀਆਂ ਬਾਬਾ ਫਰੀਦ ਯੂਨੀਵਰਸਿਟੀ ਦੀ ਵੈਕੈਂਸੀਜ਼ ਆ ਉਹ ਵੀ ਮੈਂ ਆਪਣੀ ਆਫੀਸ਼ੀਅਲ ਸਾਈਟ 'ਤੇ ਅਪਡੇਟ ਕਰਕੇ ਆ ਚੁੱਕੀ ਹਾਂ। 2900+ ਵੈਕੈਂਸੀਜ਼ ਆਊਟ ਕਰੀਆਂ ਗਈਆਂ 8ਵੀਂ 10ਵੀਂ 12ਵੀਂ ਗ੍ਰੈਜੂਏਸ਼ਨ ਵਾਲਿਆਂ ਵਾਸਤੇ। ਜੇਕਰ ਤੁਸੀਂ ਉਸ ਵੈਕੈਂਸੀਜ਼ ਨੂੰ ਨਹੀਂ ਹਜੇ ਚੈੱਕ ਕਰਿਆ, ਸਾਡੇ ਆਫੀਸ਼ੀਅਲ ਸਾਈਟ 'ਤੇ ਜੋ ਜਾਓਗੇ ਸੈਕਿੰਡ ਪੇਜ 'ਤੇ ਤੁਹਾਨੂੰ ਜਿਹੜੀ ਆ ਆਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਸਾਰੀ ਇਨਫੋਰਮੇਸ਼ਨ ਮਿਲ ਜੂਗੀ। ਇਹਦੇ ਨਾਲ ਨਾਲ 80+ ਪੋਸਟ ਆਈਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਵੀ ਆਊਟ ਕਰੀਆਂ ਗਈਆਂ, ਉਹ ਵੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਇਨਫੋਰਮ ਕਰ ਦਿੱਤਾ ਸੀਗਾ। ਜਿਨ੍ਹਾਂ ਨੇ ਵੀ ਕਿਸੇ ਰੀਜ਼ਨ ਕਰਕੇ ਵੀਡੀਓ ਮਿਸ ਕਰ ਦਿੱਤੀ ਉਹ ਜਾ ਕੇ ਚੈੱਕ ਜ਼ਰੂਰ ਕਰ ਲਿਓ। ਤਾਂ ਆਪਾਂ ਟਾਈਮ ਖਰਾਬ ਕੀਤੇ ਬਿਨਾਂ ਗੱਲ ਕਰਦੇ ਹਾਂ, ਜਿਹੜੀ ਵਾਟਰ ਸਪਲਾਈ ਵਿਭਾਗ ਦੇ ਵਿੱਚ ਭਰਤੀ ਆਈ ਹੋਈ ਆ ਪੰਜਾਬ ਦੇ ਵਿੱਚ, ਉਹਦੀ ਕਿੱਦਾਂ ਤੁਸੀਂ ਜਿਹੜਾ ਅਪਲਾਈ ਕਰਨਾ ਆ, ਕਿਆ ਕਿਆ ਐਲੀਜੀਬਿਲਟੀ ਦੱਸੀ ਆ ਇਹਨਾਂ ਨੇ, ਦੇਖੋ ਇਹਦੇ ਵਿੱਚ ਕੰਟੈਕਟ ਨੰਬਰ ਵੀ ਆਪਣੇ ਮੈਂਸ਼ਨ ਕੀਤੇ ਹੋਏ ਆ 0172227010 01 ਅਤੇ ਨਾਲ 4330343, ਠੀਕ ਹੈ। ਇਹ ਮੇਲ ਆਈ ਡੀ ਵੀ ਇਹਨਾਂ ਨੇ ਨਾਲ ਮੈਂਸ਼ਨ ਕੀਤੀ ਹੋਈ ਹੈ, ਠੀਕ ਹੈ। ਰਿਕਰੂਟਮੈਂਟ ਨੋਟਿਸ ਤੁਸੀਂ ਰੈਫਰੈਂਸ ਨੰਬਰ ਦੇਖ ਸਕਦੇ, ਜਿਹੜਾ ਕਿ ਆਊਟ ਕਰ ਦਿੱਤਾ ਗਿਆ, ਜਿਹਦੇ ਵਿੱਚ ਵੋਕਿੰਗ ਇੰਟਰਵਿਊ ਤੁਹਾਡੀ ਹੋਣੀ ਆ। ਆਫਿਸ ਆਫ ਹੈੱਡ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪੰਜਾਬ ਦੇ ਵੱਲੋਂ ਇਹ ਨੋਟੀਫਿਕੇਸ਼ਨ ਨੂੰ ਆਊਟ ਕੀਤਾ ਗਿਆ ਆ। ਗੱਲ ਕਰਾਂਗੇ ਇਹਦੇ ਵਿੱਚ ਤਨਖਾਹ ਦੀ, ਤਨਖਾਹ ਤੁਹਾਡੀ ਇਹਦੇ ਵਿੱਚ 35,000 ਪਰ ਮੰਥ ਰਹੇਗੀ, ਜੋ ਕਿ ਇਹਨਾਂ ਨੇ ਮੈਂਸ਼ਨ ਕੀਤਾ। ਮੈਂ ਤੁਹਾਨੂੰ ਦਿਖਾ ਵੀ ਦਿੰਦੀ ਹਾਂ ਔਰ ਇਹ ਵੀ ਦੱਸ ਦਿੰਦੀ ਅਪਲਾਈ ਕਿੱਦਾਂ ਕਰਨਾ ਹੈ। ਸੈਲਰੀ ਮੈਂ ਤੁਹਾਨੂੰ 35,000 ਦੱਸੀ ਹੈ, ਲੇਕਿਨ 75,000 ਸੈਲਰੀ ਮੈਂਸ਼ਨ ਕੀਤੀ ਆ, ਬਾਈ ਮਿਸਟੇਕ ਮੇਰੇ ਕੋਲ 35,000 ਬੋਲਿਆ ਗਿਆ। 75,000 ਪਰ ਮੰਥ ਸੈਲਰੀ ਆ। IEC ਕੰਸਲਟੈਂਟ ਦੀ ਵੈਕੈਂਸੀ ਆ, ICT ਐਂਡ ਡਿਜੀਟਲ ਮੀਡੀਆ ਪੋਸਟ ਲਈ, ਠੀਕ ਹੈ। ਇੱਕ ਪੋਸਟ ਆਊਟ ਕੀਤੀ ਗਈ ਆ, ਵੋਕਿੰਗ ਇੰਟਰਵਿਊ ਤੁਹਾਨੂੰ ਅਟੈਂਡ ਕਰਨੀ ਆ। ਵੋਕਿੰਗ ਇੰਟਰਵਿਊ ਨਾਲ ਸੰਬੰਧਿਤ ਸਾਰੀ ਜਾਣਕਾਰੀ ਤੁਹਾਨੂੰ ਪੰਜਾਬ ਵਾਟਰ ਸਪਲਾਈ ਦੀ ਵੈਬਸਾਈਟ 'ਤੇ ਜਾ ਕੇ ਮਿਲ ਜੂਗੀ, ਉੱਥੇ ਜਾ ਕੇ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਹੋ। ਸਿੱਧਾ ਤੁਸੀਂ ਇੰਟਰਵਿਊ ਨੂੰ ਅਟੈਂਡ ਕਰਨਾ। ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ। ਧੰਨਵਾਦ।